ਅੱਜ ਜਿਹੜੀਆਂ ਤੁਹਾਨੂੰ ਪਤਾ ਕਿ ਬੜੀ ਵੱਡੀ ਪੰਜਾਬ ਦੇ ਵਿੱਚ ਕੁਦਰਤ ਦੀ ਜਿਹੜੀ ਕਰੋਪੀ ਉਹਦੇ ਕਰਕੇ ਪੰਜਾਬ ਦੇ ਕਿਸਾਨਾਂ ਦੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਉਹਦੇ 'ਤੇ CM ਸਾਹਿਬ ਨੇ, ਅਸੀਂ ਸਾਰਿਆਂ ਨੇ ਚਰਚਾ ਕੀਤੀ ਪੂਰੇ ਪੰਜਾਬ ਬਾਰੇ, ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਦੇਖਿਆ ਕਿ ਕੀ ਕੁਛ ਹੋ ਰਿਹਾ। ਸੋ ਇੱਕ ਜਿਹੜਾ ਮੈਂ ਤੁਹਾਡੇ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਦੱਸਣਾ ਚਾਹੁੰਦਾ ਕਿ ਜੋ ਕੁਛ ਜਦੋਂ ਮੀਂਹ ਪਿਆ, ਜੋ ਕੁਛ ਜਿਹੜਾ CM ਸਾਹਿਬ ਨੇ ਅਨਾਊਂਸ ਕੀਤਾ ਸੀਗਾ, ਅਸੀਂ 13 ਤਰੀਕ ਨੂੰ ਵਿਸਾਖੀ ਤੋਂ ਇੱਕ ਦਿਨ ਪਹਿਲਾਂ 13 ਅਪ੍ਰੈਲ ਨੂੰ CM ਸਾਹਿਬ ਅਬੋਹਰ ਦੇ ਵਿੱਚ ਕਿਸਾਨਾਂ ਨੂੰ ਜਿਹੜੇ ਮੁਆਵਜ਼ੇ ਦੇ ਚੈੱਕ ਜਿਹੜੇ ਉਹ ਵੰਡਣਗੇ, ਉੱਥੇ ਅਸੀਂ ਵੱਡਾ ਫੰਕਸ਼ਨ ਕਰਾਂਗੇ। ਔਰ ਇਹ ਵੀ ਪਹਿਲੀ ਵਾਰ ਹੋਊਗਾ ਕਿ ਖਰਾਬ ਹੋਈਆਂ ਫਸਲਾਂ ਜਿਹੜੀਆਂ ਉਹ ਅਜੇ ਜ਼ਮੀਨ ਦੇ ਵਿੱਚ ਪੈਲੀਆਂ ਦੇ ਵਿੱਚ ਪਈਆਂ ਹੋਣਗੀਆਂ, ਉਹਦੇ ਤੋਂ ਪਹਿਲਾਂ ਮੁਆਵਜ਼ਾ ਜਿਹੜਾ ਉਹ ਕਿਸਾਨਾਂ ਦੇ ਖਾਤੇ ਵਿੱਚ ਆਜੂਗਾ। ਔਰ ਹੋਰ ਵੀ ਵੱਧ ਗੱਲ ਮੈਂ ਜਿਹੜੀ ਤੁਹਾਨੂੰ ਦੱਸਣੀ ਚਾਹੁੰਦਾ ਕਿ ਜਦੋਂ CM ਸਾਹਿਬ ਉੱਥੇ ਜਾਣਗੇ, ਉਦੋਂ ਚੈੱਕ ਜਿਹੜੇ ਕਿਸਾਨਾਂ ਦੇ ਖਾਤੇ 'ਚ ਪੈ ਗਏ ਹੋਣਗੇ। ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰ ਇੱਦਾਂ ਹੋ ਰਿਹਾ ਕਿ ਕਿਸਾਨਾਂ ਦੇ ਵਾਸਤੇ ਪੰਜਾਬ ਦੀ ਸਰਕਾਰ ਨੇ ਇੰਨਾ ਵੱਡਾ ਅਤੇ ਕਿਸਾਨਾਂ ਦੇ ਹਿੱਤਾਂ ਦਾ ਜਿਹੜਾ ਫੈਸਲਾ ਕੀਤਾ, ਕਿਉਂਕਿ CM ਸਾਹਿਬ ਦਾ ਇਹ ਮੰਨਣਾ ਪਹਿਲੇ ਦਿਨ ਤੋਂ ਹੀ ਕਿ ਜ਼ਖਮ ਹੋਣੇ ਹੋਣੀ ਮਲਮ ਲਾਉਣ ਦਾ ਫਾਇਦਾ, ਇਸ ਕਰਕੇ ਜ਼ਖਮ ਦੇ ਸਹੀ ਟਾਈਮ 'ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ 13 ਤਰੀਕ ਨੂੰ ਜਿਹੜੀ ਮਲਮ ਲਾਉਣਗੇ। ਔਰ ਜਿਉਂ ਜਿਉਂ ਜਿੰਨਾ ਵੀ ਰੋਜ਼ ਦਾ ਰੋਜ਼ ਮਤਲਬ ਜਿਉਂ ਜਿਉਂ ਮਤਲਬ ਗਰਦੌਰੀ ਦਾ ਰਿਕਾਰਡ ਆਈ ਜਾਊਗਾ, ਅਤੇ ਅਸੀਂ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਸਭ ਮੰਤਰੀਆਂ ਦੀ CM ਸਾਹਿਬ ਨੇ ਡਿਊਟੀ ਲਾਈ ਆ, ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਗਰਾਮ ਕਰਾਂਗੇ। ਔਰ ਸਾਰੇ ਜ਼ਿਲ੍ਹਿਆਂ ਦੇ ਵਿੱਚ ਪ੍ਰੋਗਰਾਮ ਕਰਕੇ ਜਿਹੜੇ ਕਿਸਾਨਾਂ ਨੂੰ ਚੈੱਕ ਦੇਣਗੇ। ਦੂਜਾ, CM ਸਾਹਿਬ ਨੇ ਅੱਜ ਤੁਸੀਂ ਪੜ੍ਹਿਆ ਹੋਣਾ ਕਿ ਕੱਲ੍ਹ ਉਹਨਾਂ ਨੇ ਪੰਜਾਬ ਦੇ ਵੱਡੇ ਅਫਸਰਾਂ ਦੀ ਡਿਊਟੀ ਲਾਈ ਕੇ ਜਿਹੜੀ ਗਰਦੌਰੀ ਹੈ ਇਹਦੀ ਨਿਗਰਾਨੀ ਕੀਤੀ ਜਾਵੇ, ਇਹਦੇ 'ਚ ਜਲਦੀ ਕੀਤਾ ਜਾਵੇ, ਰਹਿ ਨਾ ਜਾਵੇ। ਅੱਜ ਉਹਨਾਂ ਨੇ ਸਾਡੀ ਡਿਊਟੀ ਮੰਤਰੀਆਂ ਦੀ, ਜਿਹੜੇ ਜਿਹੜੇ ਜ਼ਿਲ੍ਹੇ ਸਾਨੂੰ ਅਲੋਟ ਪਹਿਲਾਂ ਕੀਤੇ ਗਏ ਆ, ਉਹਨਾਂ ਜ਼ਿਲ੍ਹਿਆਂ ਵਿੱਚ ਡਿਊਟੀ ਲਾਈ ਆ ਕਿ ਜਾ ਕੇ ਮੌਕੇ 'ਤੇ ਦੇਖ ਕੇ ਜਿਹੜਾ ਜਲਦੀ ਤੋਂ ਜਲਦੀ ਮਤਲਬ ਜਿਹੜੀ ਗਰਦੌਰੀ ਹੈ ਉਹ ਹੋਵੇ, ਔਰ ਗਰਦੌਰੀ ਜਿਹੜੀ ਪਾਰਦਰਸ਼ਾ ਦੇ ਨਾਲ ਹੋਵੇ, ਲੋਕਾਂ ਦੇ ਸਾਹਮਣੇ ਹੋਵੇ। ਗਰਦੌਰੀ ਇੱਦਾਂ ਨਹੀਂ ਹੈ ਕਿ ਪਟਵਾਰੀ ਅੰਦਰ ਬਹਿ ਕੇ ਕਰੇ ਜਾਂ ਮਤਲਬ ਉਹ ਕਿਸੇ ਇੱਕ ਬੰਦੇ ਦੇ ਘਰ ਬੈਠ ਕੇ ਕਰ ਲਏ, ਪਬਲਿਕ ਦੇ ਵਿੱਚ ਬੈਠ ਕੇ, ਕਿਸਾਨਾਂ ਦੇ ਵਿੱਚ ਬੈਠ ਕੇ ਗਰਦੌਰੀ ਜਿਹੜੀ ਹੋਣੀ ਚਾਹੀਦੀ ਆ। ਸੋ ਸਾਨੂੰ ਲੱਗਦਾ ਕਿ 2-3 ਦਿਨ ਦੇ ਵਿੱਚ ਗਰਦੌਰੀ ਕੰਪਲੀਟ ਵੀ ਹੋਜੂਗੀ, ਹੋ ਸਕਦਾ ਥੋੜ੍ਹਾ ਜਿਹਾ ਟਾਈਮ ਜ਼ਿਆਦਾ ਲੱਗ ਜਾਵੇ, ਇਸ ਕਰਕੇ ਲੱਗ ਜਾਵੇ ਕਿ ਕਈ ਪਟਵਾਰੀ ਸਾਡੇ ਇੱਦਾਂ ਦੇ ਆ ਜਿਨ੍ਹਾਂ ਕੋਲ 10 ਤੋਂ ਲੈ ਕੇ 15 ਪਿੰਡ ਦੇ 20 ਪਿੰਡ ਹੈ, ਔਰ ਇੱਕ ਪਿੰਡ ਦੇ ਵਿੱਚ 300 ਏਕੜ ਖਰਾਬ ਆ, 400 ਏਕੜ ਖਰਾਬ ਆ, ਕਈ ਪਿੰਡਾਂ ਦੇ ਵਿੱਚ ਮੈਂ ਕੱਲ੍ਹ ਗਿਆ ਗੁਰਦਾਸਪੁਰ ਦੇ ਵਿੱਚ 2800-2800 ਏਕੜ ਖਰਾਬ ਹੈ। ਸੋ ਪਟਵਾਰੀਆਂ ਨੂੰ ਟਾਈਮ ਲੱਗਦਾ, ਉਹ ਜਿਉਂ ਜਿਉਂ ਕਰੀ ਜਾਣਗੇ, ਰਿਪੋਰਟ ਭੇਜੀ ਜਾਣਗੇ, ਅਸੀਂ ਚੈੱਕ ਦੇਈ ਜਾਵਾਂਗੇ। ਪਰ ਮੈਨੂੰ ਲੱਗਦਾ ਕਿ ਅਪ੍ਰੈਲ ਤੱਕ, ਅਪ੍ਰੈਲ ਮਹੀਨੇ ਦੇ ਵਿੱਚ ਅਸੀਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਡਨ ਜਿਹੜੀਆਂ ਉਹ ਕਰ ਦਿਆਂਗੇ। ਇੱਕ ਕੈਬਨਿਟ ਨੇ ਜਿਹੜਾ ਫੈਸਲਾ ਕੀਤਾ ਉਹ ਸੈਂਟਰ ਗੌਰਮੈਂਟ ਨੂੰ, ਕੇਂਦਰ ਸਰਕਾਰ ਨੂੰ ਲਿਖਿਆ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਜਿਹੜੀ
ਇਸ ਮੌਕੇ ਬਾਂਹ ਫੜਨ, ਜਿੱਦਾਂ ਅਸੀਂ ਕਰਦੇ ਹਾਂ, ਕੇਂਦਰ ਸਰਕਾਰ ਵੀ ਕਰੇ, ਖਰੀਦ ਦੇ ਵਿੱਚ, ਕਣਕ ਦੀ ਖਰੀਦ ਦੇ ਵਿੱਚ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ, ਕਿਉਂਕਿ ਕਈ ਥਾਵਾਂ 'ਤੇ ਦਾਣਾ ਜਿਹੜਾ ਪਤਲਾ ਪੈ ਗਿਆ, ਕੋਈ ਥਾਵਾਂ 'ਤੇ ਦਾਣੇ ਦਾ ਰੰਗ ਵੀ ਬਦਲਿਆ, ਸੋ ਉਹ ਵੀ ਅਸੀਂ ਕੇਂਦਰ ਸਰਕਾਰ ਨੂੰ ਜਿਹੜਾ ਲਿਖਿਆ। ਕੱਲ੍ਹ ਵੀ ਕੇਂਦਰ ਸਰਕਾਰ ਦੀਆਂ ਟੀਮਾਂ ਨੇ ਪੰਜਾਬ ਵਿੱਚ ਜਾ ਕੇ ਵੱਖ ਵੱਖ ਥਾਵਾਂ 'ਤੇ ਦਾਣੇ ਜਿਹੜੇ ਆ ਉਹਨਾਂ ਦਾ ਅਨਾਲਿਸਿਸ ਕੀਤਾ। ਅਸੀਂ ਵੀ ਉਹਨਾਂ ਨੂੰ ਲਿਖਿਆ ਕਿ ਕੀ ਜਿਹੜੀ ਪ੍ਰੋਬਲਮ ਹੈ ਇਹਨੂੰ ਜਿਹੜਾ ਸੋਲਵ ਜਿਹੜਾ ਉਹ ਕੀਤਾ ਜਾਵੇ। ਸੋ ਅੱਜ ਜਿਹੜਾ ਮਤਲਬ ਤੁਹਾਨੂੰ ਰਾਹੀਂ ਬਸ ਇਹੀ ਦੱਸਣਾ ਸੀਗਾ ਕਿ ਸਰਕਾਰ ਜਿਹੜੀ ਆ, ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ, ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹੇ ਆ। ਇਸ ਸਰਕਾਰ ਜਿਹੜੀ ਪੰਜਾਬ ਦੀ ਖੇਤੀ ਨੂੰ ਬਚਾਉਣਾ ਚਾਹੁੰਦੀ ਹੈ। ਇਸ ਸਰਕਾਰ ਦਾ ਮੰਨਣਾ ਕਿ 72% ਲੋਕ ਸਿੱਧੇ ਜਾਂ ਸਿੱਧੇ ਢੰਗ ਨਾਲ ਖੇਤੀ ਦੇ ਨਾਲ ਜੁੜੇ ਆ। ਕਿਸੇ ਵੀ ਹਾਲਤ ਦੇ ਵਿੱਚ, ਭਾਵੇਂ ਸਾਡੇ ਵੱਸ ਨਹੀਂ, ਇਹ ਕੁਦਰਤ ਦੀਆਂ ਕਲੋਪੀਆਂ ਆਉਂਦੀਆਂ ਰਹਿੰਦੀਆਂ, ਕਦੀ ਹੜ੍ਹ ਆ ਗਿਆ, ਕਦੀ ਕੁਛ ਹੋ ਗਿਆ, ਭਾਵੇਂ ਬੰਦੇ ਦੇ ਵੱਸ ਨਹੀਂ ਹੈ, ਪਰ ਸਾਡੇ ਜੋ ਵੱਸ ਹੈ, ਸਰਕਾਰ ਹੈ, ਸਾਡੇ ਵੱਸ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਢਾਲ ਬਣ ਕੇ ਖੜੀਏ। ਸੋ ਅਸੀਂ ਉਹ ਢਾਲ ਬਣ ਕੇ ਪੰਜਾਬ ਦੀ ਸਰਕਾਰ ਜਿਹੜੀ ਉਹ ਖੜੀ ਹੈ, ਔਰ ਅਸੀਂ ਪੰਜਾਬ ਦੇ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਡਾਊਨ ਨਹੀਂ ਹੋਣ ਦੇਵਾਂਗੇ, ਪੰਜਾਬ ਦੀ ਖੇਤੀ ਨੂੰ ਕਿਸੇ ਵੀ ਤਰ੍ਹਾਂ ਪਿੱਛੇ ਨਹੀਂ ਜਾਣ ਦੇਵਾਂਗੇ। ਇਸ ਕਰਕੇ ਇਸ ਸੰਕਟ ਦੇ ਸਮੇਂ ਦੇ ਵਿੱਚ ਆਪਣੀ ਸਰਕਾਰ ਜਿਹੜੀ ਹੈ ਉਹ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਵੀ ਨੁਕਸਾਨ ਹੋਇਆ, ਕੋਈ ਚਿੰਤਾ ਕਰਨ ਦੀ ਲੋੜ ਨਹੀਂ ਸਰ, ਹਰ ਬੰਦੇ ਦੀ ਗਰਦੌਰੀ ਹੋਊਗੀ, ਹਰ ਬੰਦੇ ਨੂੰ ਮੁਆਵਜ਼ਾ ਮਿਲੂਗਾ, ਗਰਦੌਰੀ ਦੇ ਵਿੱਚ ਕੋਈ ਗੜਬੜ ਨਹੀਂ ਹੋਊਗੀ। ਅਫਸਰਾਂ ਦਾ ਡਿਊਟੀ ਲਾਈ ਆ, ਜੇ ਕਿਤੇ ਤੁਹਾਨੂੰ ਲੱਗਦਾ ਕਿ ਕਿਤੇ ਕੋਈ ਗੜਬੜ ਆ, ਆਪਣੇ ਡੀ ਸਾਹਿਬ ਨਾਲ ਸੰਪਰਕ ਕਰੋ, ਜਿਹੜੇ ਅਧਿਕਾਰੀ ਲਾਏ ਉਹਨਾਂ ਨਾਲ ਸੰਪਰਕ ਕਰੋ, ਸਾਡੇ ਨਾਲ ਸੰਪਰਕ ਕਰੋ, ਅਸੀਂ ਕਿਤੇ ਕੋਈ ਗੜਬੜ ਨਹੀਂ ਹੋਣ ਦਿਆਂਗੇ। ਸੋ ਅੱਜ ਕੈਬਨਿਟ ਦੇ ਜਿਹੜਾ ਫੈਸਲਾ ਕੀਤਾ ਉਹ ਅੱਜ ਮੇਨ ਸਾਡੀ ਕੈਬਨਿਟ ਦਾ ਇਹੀ ਸੀਗਾ ਕਿ ਕੀ ਹਾਲਾਤ ਨੇ, ਕਿੱਦਾਂ ਉਹੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਚਰਚਾ ਕੀਤੀ ਹੈ। ਕੌਣ ਕਹਿੰਦੇ ਸਰ? ਦੇਖੋ ਜਿਹੜਾ ਨੁਕਸਾਨ, ਮੈਂ ਖੁਦ ਕਿਸਾਨ ਹਾਂ, ਮੇਰੀ 2 ਕਿੱਲੇ ਜ਼ਮੀਨ ਖਰਾਬ ਹੋ ਗਈ, 2 ਕਿੱਲੇ ਕਣਕ ਖਰਾਬ ਹੋ ਗਈ। ਸਰਕਾਰਾਂ ਦੀ ਕੀ ਡਿਊਟੀ? ਸਰਕਾਰਾਂ ਦੀ ਡਿਊਟੀ ਹੈ ਕਿ ਇਸ ਔਖੇ ਟਾਈਮ 'ਤੇ ਉਹ ਕਿਸਾਨਾਂ ਦੀ ਬਾਂਹ ਫੜਨ। ਪਹਿਲੀ ਸੁਣੋ ਤੁਸੀਂ, ਜੇ ਕਦੀ ਤੁਸੀਂ ਇਹ ਸੋਚਦੇ ਹੋ ਕਿ 100% ਸਰਕਾਰ ਉਹਦੀ ਪੂਰਤੀ ਕਰਦੇ, ਪੰਜਾਬ ਨਹੀਂ ਕਿਸੇ ਵੀ ਸਰਕਾਰ ਦੇ ਬਸ ਦੀ ਗੱਲ ਨਹੀਂ ਹੁੰਦੀ। ਸਾਡਾ ਹੁੰਦਾ ਕਿ ਜਿੰਨੀ ਅਸੀਂ ਵੱਧ ਤੋਂ ਵੱਧ ਮਦਦ ਕਰ ਸਕਦੇ ਹਾਂ ਉਹ ਮਦਦ ਅਸੀਂ ਕਰੀਏ, ਉਹ ਮਦਦ ਅਸੀਂ ਕਰ ਰਹੇ ਹਾਂ। ਔਰ ਤੁਹਾਨੂੰ ਪਤਾ ਅਸੀਂ ਪਹਿਲਾਂ ਡਿਸਾਈਡ ਕੀਤਾ ਕਿ ਐਤਕਾਂ ਅਸੀਂ ਕੋਆਪਰੇਟਿਵ ਬੈਂਕਾਂ ਦੀਆਂ ਕਿਸ਼ਤਾਂ ਜਿਹੜੀਆਂ ਉਹ ਵੀ ਨਹੀਂ, ਮਤਲਬ 6 ਮਹੀਨਿਆਂ ਲਈ ਡਿਲੇ ਕਰਤੀਆਂ ਕਿ ਇਹਨਾਂ ਨੂੰ ਲੇਟ ਕਰ ਦਿਓ, ਕਿਸਾਨ ਨੂੰ ਜਿਹੜਾ ਉਹ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ। ਨਹੀਂ, ਕੋਈ ਏਦਾਂ ਦੀ ਗੱਲ ਨਹੀਂ। ਦੇਖੋ ਇਹ ਗੱਲ ਕੀ ਆ ਕਿ ਕਣਕ ਡਿੱਪ ਪਈ, ਕਣਕ ਲੰਬੇ ਪੈ ਗਈ, ਖੇਤ ਲੰਬੇ ਪੈ ਗਏ, ਜਿਹੜੇ ਅਫਸਰ ਹੈ ਉਹ ਉੱਤੋਂ ਸਿੱਟੇ ਨੂੰ ਵਹਿੰਦੇ ਕਿ ਸਿੱਟਾ ਜਿਹੜਾ ਜੀ ਠੀਕ ਲੱਗਦਾ, ਵੇਖਣ ਨੂੰ ਉਹ ਠੀਕ ਲੱਗਦਾ, ਪਰ ਜਦੋਂ ਨੂੰ ਤੁਸੀਂ ਥੱਲਿਓ ਸਿੱਟੇ ਨੂੰ ਫੜਦੇ ਹੋ ਉਹਦੇ ਥੱਲੇ ਉੱਲੀ ਲੱਗ ਗਈ, ਉਹ ਤੂੜੀ ਦੇ ਯੋਗ ਨਹੀਂ ਰਿਹਾ ਨਾਰ ਜਿਹੜਾ। ਅਸੀਂ ਅਧਿਕਾਰੀਆਂ ਨੂੰ ਇਹ ਕਹਿ ਰਹੇ ਹਾਂ ਕਿ ਯਾਰ ਤੁਸੀਂ ਇਹਨੂੰ ਜਦੋਂ ਲਿਖਣਾ, ਕਿਸਾਨ ਦਾ ਪੂਰਾ ਜੋ ਉਹਦਾ ਹੱਕ ਬਣਦਾ, ਜਿੰਨੀ ਉਹਦੀ ਫਸਲ ਖਰਾਬ ਹੋਈ ਹੈ, ਵੀ ਆਪਾਂ ਉੱਤੋਂ ਵੇਖ ਕੇ ਕਹੀਏ ਕਿ ਯਾਰ ਸਿੱਟੇ ਠੀਕ ਨੇ, ਪਰ ਜਦੋਂ ਉਹਨੂੰ ਆਪਾਂ ਹਲਟਾਉਂਦੇ ਹਾਂ ਉਹਦਾ ਸਰ ਥੱਲਿਓ ਦਾਣੇ ਵੀ ਪਤਲੇ ਪੈ ਗਏ, ਦਾਣੇ ਕਾਲੇ ਵੀ ਹੋ ਗਏ, ਅਤੇ ਥੱਲੇ ਉੱਲੀ ਵੀ ਲੱਗ ਗਈ, ਥੱਲੇ ਬੋਲਣ ਲੱਗ ਗਈ। ਇਸ ਕਰਕੇ ਕਿਹਾ ਕਿ ਨਹੀਂ ਯਾਰ ਇਹਨੂੰ ਟੋਟਲ ਦੇਖੋ,
ਜਿੰਨਾ ਵੀ ਬਣਦਾ ਸਰ 60% ਬਣਦਾ, 50% ਬਣਦਾ, 70% ਬਣਦਾ, ਮੁੱਖ ਦੀ ਗੱਲ ਹੈ ਕਿ ਕਿਸਾਨ ਨੂੰ ਕਿਸ ਤਰ੍ਹਾਂ ਘਾਟਾ ਨਾ ਪਵੇ ਜੀ। ਧਾਲੀਵਾਲ ਸਾਹਿਬ, ਜਿਹੜੀ ਮੰਡੀਆਂ 'ਚ ਫਸਲ ਆ ਰਹੀ ਹੈ ਉਹਨੂੰ ਲੈ ਕੇ ਕਿਸ ਤਰੀਕੇ ਦੀਆਂ ਤਿਆਰੀਆਂ? ਨਹੀਂ, ਉਹ ਬਿਲਕੁਲ ਤਿਆਰੀਆਂ, ਔਰ ਮੈਂ ਤੁਹਾਡੇ ਥਰੂ ਕਹਿਣਾ ਚਾਹੁੰਦਾ ਕਿ ਪੰਜਾਬ ਵਿੱਚ ਜਿੱਦਾਂ ਅਸੀਂ ਝੋਨੇ ਦੇ ਮੌਕੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ, 12 ਘੰਟਿਆਂ ਦੇ ਵਿੱਚ ਕਣਕ ਜਿਹੜੀ ਚੁੱਕੀ ਸੀ, ਝੋਨਾ ਚੁੱਕਿਆ ਸੀਗਾ, ਉਹਦੀ 24 ਘੰਟਿਆਂ 'ਚ ਪੇਮੈਂਟ ਕੀਤੀ ਸੀ, 48 ਘੰਟਿਆਂ ਲਿਫਟਿੰਗ ਕੀਤੀ ਸੀਗੀ, ਕਣਕ ਵੀ ਉਸੇ ਤਰ੍ਹਾਂ ਸੀ, ਵਧੀਆ ਢੰਗ ਨਾਲ ਚੁੱਕਾਂਗੇ, ਕਿਸਾਨਾਂ ਨੂੰ ਬਿਲਕੁਲ ਹੈ ਮਤਲਬ ਜਿਹੜਾ ਖੁੱਲ੍ਹੇ ਮਨ ਨਾਲ ਮੰਡੀ ਦੇ ਵਿੱਚ ਆਉਣਾ ਚਾਹੀਦਾ। ਪੰਜਾਬ ਸਰਕਾਰ ਦੇ ਪ੍ਰਬੰਧ ਜਿਹੜੇ ਪੂਰੇ ਕੀਤੇ ਆ, ਕਿਤੇ ਕਿਸੇ ਨੂੰ ਕੋਈ ਸਮੱਸਿਆ ਨਹੀਂ ਆਉਂਦਾਗੇ ਭਾਵੇਂ ਜੋ ਬੰਦੇ। ਇਹ ਬਿਕਰਮਜੀਤ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਪਾਰਟੀ ਦੇ ਵੱਲੋਂ ਸਿਆਸੀ ਚਲਾਨ ਪੇਸ਼ ਕੀਤੇ ਜਾ ਰਹੇ ਨੇ ਜਿਹੜੇ ਅਕਾਲੀ ਦਲ ਦੇ ਲੀਡਰਾਂ ਦੇ ਖਿਲਾਫ ਹੋ ਰਹੇ ਨੇ। ਜਦ ਪੰਜਾਬ ਦੇ ਕਿਸਾਨਾਂ ਦਾ ਕਿੰਨਾ ਨੁਕਸਾਨ ਹੋ ਗਿਆ, ਕਿਸ ਬੰਦੇ ਦਾ ਨਾਂ ਲੈਣ ਦੇ ਤੁਸੀਂ, ਜਾਂ ਥੋੜ੍ਹਾ ਜਿਹਾ ਕੰਮ ਦੇ ਸਹੀ ਕਰਿਆ ਕਰੋ। ਆਪਾਂ ਮਤਲਬ ਮਜੀਠੀਆ ਕੀ ਹੈ ਜੀ, ਦੱਸੋ ਸਰ, ਮਜੀਠੀਆ ਹੈ ਕੀ, ਦੱਸੋ ਜੀ ਕੀ ਹੈ ਮਜੀਠੀਆ, ਦੱਸੋ ਯਾਰ, ਪੰਜਾਬ ਦੇ ਕਿਸਾਨਾਂ ਦਾ ਇਸ਼ੂ ਹੈ, ਤੁਸੀਂ ਮਜੀਠੀਆ ਵਿੱਚ ਵਾੜ ਦਿਆ ਯਾਰ, ਉਹ ਛੱਡੋ ਯਾਰ, ਹੋਰ ਗਿਆ ਬੰਦੇ ਦਵਾੜੋ। ਜਿੰਨਾ ਵੇਖੋ ਮੈਡਮ, ਜਿੰਨਾ ਵੀ ਹੋਵੇ ਅਸੀਂ, ਜਿੰਨਾ ਵੀ ਹੋਊਗਾ ਉਹਨਾਂ ਮੁਆਵਜ਼ਾ ਜਿਹੜਾ ਉਹਦੇ ਹਿਸਾਬ ਨਾਲ ਸਭ ਨੂੰ ਦਿਆਂਗੇ, ਭਾਵੇਂ ਜੋ ਮਰਜ਼ੀ ਹੋਵੇ। ਤੁਸੀਂ ਚਿੱਠੀ ਵੀ ਲਿਖੀ ਆ ਸੈਂਟਰ ਨੂੰ? ਬਿਲਕੁਲ, ਚਿੱਠੀ ਲਿਖੀ ਹੈ, ਚਿੱਠੀ ਲਿਖੀ ਹੈ। ਹਾਂਜੀ, ਜਿਹੜੀ ਹੁਣ ਕਣਕ ਜਿਹੜੀ ਆਉਣੀ ਆ ਮੰਡੀ ਦੇ ਵਿੱਚ, ਉਹਦੀ ਕਿਉਂਕਿ ਸਾਰਾ ਜਿਹੜੀ ਪਹਿਲੇ ਦੇ ਉਹ ਬਦਲ ਜਾਣਾ, ਉਹਦਾ ਰੰਗ ਰੂਪ ਵੀ ਬਦਲ ਜਾਣਾ, ਕਿਉਂਕਿ ਉਹਦੀ ਵਿੱਚ ਗੁਣਵੱਤਾ ਜਿਹੜੀ ਘੱਟ ਜਾਏਗੀ, ਉਹਦੇ ਰੇਟਾਂ ਨੂੰ ਲੈ ਕੇ ਕਿਵੇਂ ਜਿਹੜਾ ਹੈਗਾ ਸੈਂਟਰ ਤੁਹਾਡੀ ਕਰੇਗਾ? ਬਿਲਕੁਲ ਕਰੂਗਾ ਜੀ, ਕੋਈ ਚੱਕਰ ਨਹੀਂ, ਕੱਲ੍ਹ ਸੈਂਟਰ ਦੀਆਂ ਟੀਮਾਂ ਨੇ ਉਹ ਲਏ ਸੈਂਪਲ, ਲੈ ਲਏ ਉਹਨਾਂ ਨੇ, ਸੈਂਟਰ ਬਿਲਕੁਲ ਹੈਲਪ ਕਰੂਗਾ, ਕੋਈ ਇੱਦਾਂ ਦੀ ਕੋਈ ਗੱਲ ਨਹੀਂ, ਵਧੀਆ ਟਾਈ ਅਪ ਹੈ ਸੈਂਟਰ ਦੇ ਨਾਲ, ਕੋਈ ਇੱਦਾਂ ਦੇ ਪਤਾ। ਕਣਕ ਹੀ ਹੁਣ ਆਈ ਆ, ਦੇਖੋ ਪੈਲੀਆਂ ਦੇ ਵਿੱਚ ਅਜੇ ਪਾਣੀ ਖੜਾ, ਬੜੀ ਬੁਰੀ ਹਾਲਤ ਹੈ, ਕਣਕ ਹੀ ਹੁਣ ਆਈ ਆ, ਆਈ ਤੇ ਖਰੀਦ ਆਪਾਂ ਸ਼ੁਰੂ ਕਰਦੇ। ਗੋਦਾਮਾਂ 'ਚ ਕੀ ਖਤਮ ਹੋ ਗਈ ਹੈ? ਕਹਿੰਦੇ 2 ਟਨ ਹੀ ਬਚੀ ਹੈ ਔਰ ਸਿੱਧੀ ਡਿਲੀਵਰੀ ਦੂਜੇ ਸੂਬਿਆਂ ਨੂੰ ਹੋਏਗੀ, ਉਹ ਕੀ ਹੈ ਪੂਰਾ ਮਾਮਲਾ, ਜਿਹੜੀ ਚਿੱਠੀ ਸੈਂਟਰ ਵੱਲੋਂ ਲਿਖੀ ਗਈ ਹੈ? ਨਹੀਂ ਨਹੀਂ, ਉਹ ਚਿੱਠੀ ਦਾ ਮੈਨੂੰ ਨਹੀਂ ਪਤਾ, ਪਰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਕੋਈ ਸੰਕਟ ਆ ਜਾਂ ਕੋਈ ਇਦਾਂ ਦੀ ਕੋਈ ਚੱਕਰ ਨਹੀਂ। ਧਾਲੀਵਾਲ ਸਾਹਿਬ, ਇਹ ਆ ਰਹੀ ਹੈ ਵੀ ਜਿਹੜਾ ਪੰਜਾਬ ਦੇ ਕੀਤਾ ਪ੍ਰੋਗਰਾਮ ਕਰਨ ਦਾ, ਹਾਂਜੀ, ਕੀ ਇਹ ਪ੍ਰੋਗਰਾਮ ਕਰਨੇ ਜ਼ਰੂਰੀ ਹੈ ਜੇ ਸਿੱਧੇ ਖਾਤੇ 'ਚ ਵੀ ਪੈਸੇ ਜਾ ਸਕਦੇ ਆ? ਕਿਉਂ ਨਹੀਂ ਜ਼ਰੂਰੀ, ਮੈਸੇਜ ਦੇਣਾ ਸਰ, ਹਰਿਆਣੇ 'ਚ ਨੁਕਸਾਨ ਨਹੀਂ ਹੋਇਆ, ਹੋਇਆ, ਬਾਕੀ ਲੋਕ ਵੀ ਸਾਡੇ ਵੱਲ ਵੇਖ ਕੇ ਬਾਂਹ ਫੜਨਗੇ, ਯੂਪੀ 'ਚ ਹੋਇਆ ਕਿ ਨਹੀਂ ਹੋਇਆ, ਜੇ ਪੰਜਾਬ ਦੀ ਸਰਕਾਰ ਦਿਖਾਊਗੀ ਕਿਆ ਲਾ, ਚੱਕੋ ਜੀ, ਅਸੀਂ ਆ 20 ਦਿਨ ਦੇ ਵਿੱਚ ਵਿੱਚ ਮੁਆਵਜ਼ਾ ਦੇ ਦਿੱਤਾ, ਅਸੀਂ ਬਾਕੀ ਦੇਸ਼ 'ਚ ਵੀ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਬਾਕੀ ਸਰਕਾਰਾਂ ਵੀ ਦੇਸ਼ ਦੇ ਕਿਸਾਨਾਂ ਦੀ ਬਾਂਹ ਫੜਨ, ਹਾਂ, ਇਸ ਕਰਕੇ ਪ੍ਰੋਗਰਾਮ ਕਰਾਂਗੇ। ਸਰ ਮੁੱਖ ਦੀ ਗੱਲ ਕੀ, ਮੁੱਖ ਦੀ ਗੱਲ ਇਹ ਆ ਕਿ ਜੋ ਕਿਸਾਨਾਂ ਦਾ ਨੁਕਸਾਨ ਹੋਇਆ, ਸਰਕਾਰ ਉਹਦਾ ਮੁਆਵਜ਼ਾ ਹਰ ਹਾਲਤ ਦਊਗੀ, ਔਰ ਫਸਲ ਅਜੇ ਚੁੱਕੀ ਨਹੀਂ, ਜਿਹੜੀ ਗੱਲ ਮੈਂ ਤੁਹਾਨੂੰ ਕਹਿ ਰਿਹਾ, ਇਹ ਪਹਿਲੀ ਵਾਰ ਹੋ ਰਹੀ ਹਿਸਟਰੀ ਦੇ ਵਿੱਚ ਕਿ ਫਸਲ ਅਜੇ ਉੱਥੇ ਆ, ਮੁਆਵਜ਼ਾ ਅੱਗੇ ਅੱਗੇ ਆ, ਅੱਗੇ 6-6 ਮਹੀਨੇ, ਸਾਲ ਸਾਲ ਪਿੱਛੇ ਪਿੱਛੇ ਹੁੰਦਾ, ਇਹ ਗੱਲ ਨੂੰ ਤੁਸੀਂ ਨੋਟ ਕਰੋ ਕਿ ਸਰਕਾਰ ਕਿੰਨਾ ਵਧੀਆ ਕੰਮ ਕਰ ਰਹੀ। ਸੀਐਮ ਸਾਹਿਬ ਕਹਿੰਦੇ ਸੀ ਕਿ ਮੁਆਵਜ਼ਾ ਅਸੀਂ ਅਗਰ ਜਲਦੀ ਸੈਂਟਰ ਵੀ ਕਰੇਗੀ ਤਾਂ ਵੀ ਅਸੀਂ ਆਪਣੇ ਕੋਲੋਂ ਕਰਕੇ ਦੇਵਾਂਗੇ, ਅਗੇ ਕਿੰਨਾ ਕੁ ਡਿਸਾਈਡ ਹੋਇਆ, ਕਿਉਂਕਿ ਕੌਣ ਕਹਿੰਦੇ, ਕੌਣ ਕਹਿੰਦੇ ਸੀਐਮ ਸਾਹਿਬ ਨੇ ਕਿਹਾ ਸੀ, ਅਹੀ ਕਰ ਰਹੇ ਹੋ, ਕੌਣ ਕਰ ਰਿਹਾ? ਉਹ ਸਰ ਜੀ ਅਸੀਂ ਕਰਦੇ, ਕਿਉਂ ਘਬਰਾਉਂਦੇ ਤੁਸੀਂ, ਸੈਂਟਰ ਨੂੰ ਕਰਦੇ ਯਾਰ, ਮਰ ਜਾਂਦੇ, ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ। ਪਹਿਲਾਂ ਤਾਂ ਸਾਰੇ ਦੋਸਤਾਂ ਦਾ, ਮੀਡੀਆ ਵਾਲੇ ਮਿੱਤਰਾਂ ਦਾ, ਚੰਡੀਗੜ੍ਹ ਤੋਂ ਸਾਰੇ ਤੁਸੀਂ ਮੀਡੀਆ ਅਕਾਦਮੀ ਆਏ ਹੋ, ਤੁਹਾਡਾ
ਬਹੁਤ ਬਹੁਤ ਧੰਨਵਾਦ, ਵੈਲਕਮ। ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੈਬਨਿਟ ਮੀਟਿੰਗ ਸੀਗੀ, ਹੁਣੇ ਹੀ ਕੈਬਨਿਟ ਖਤਮ ਹੋਈ ਹੈ। ਕੈਬਨਿਟ ਦੇ ਵਿੱਚ ਮੁੱਖ ਤੌਰ 'ਤੇ ਅੱਜ ਜਿਹੜੀਆਂ ਤੁਹਾਨੂੰ ਪਤਾ